हाँ जी, किदां सारे? ये है कुछ भी व्लॉग नंबर 37, मतलब 37। अज का माहौल कुछ इदा है कि ठंड बहुत है, 12:30 तो उपर का टाइम हो गया, पर अजे सूरज का कोई नामो निशान नहीं, अग बाली हुई है, टैंपरेचर वाहवा लो आ। तो एक स्कीम साढ़े दिमाग भला की आई, तो तुम दिखा। ये देखो जी, ये है स्वीट पोटैटो, जिन्हों पंजाबी कहिंदे ने शकरकंदी। ये अं अग सेक रहे थे, ये विचों किसी बंदे ने स्कीम दी कि यार अग च भुन के अज शकरकंदियां खानियां, ये उस टाइम आ गई हैं, विच पाती हैं, हुण भुज रही हैं। की कहना चाहोगे डॉक्टर साहब? बहुत वधिया है, ये चंगियां सेहत लई? हां, बहुत ज्यादा तत्व हुंदे ने इच। ठीक है, ये जिदा ही तैयार हुंदियां ने तुहानूं इहदा रिव्यू दिंदा मैं। कर भाने नूं किदां भरना? ਇਦਾਂ ਤਾਂ ਬਿਲਕੁਲ ਨਹੀਂ ਭੱਜਣੀ ਯਾਰ, ਲੱਡੀ ਲੈ ਲਓ, ਲੱਡੀ ਉੱਦਾਂ ਹੀ ਕਰ ਜਿੱਦਾਂ ਕਰਨ ਦਿਆ ਸੀ ਤੂੰ, ਆਪਣੇ ਤਰੀਕੇ ਨਾਲ ਭੰਨ, ਉੱਪਰ ਉੱਪਰ ਉੱਚੇ ਰੱਖ ਕੇ। ਹਾਂ ਚੱਲ ਭੰਨਾ, ਭਲਾ ਮਾਰ ਤੇਰੀ ਭੱਦੀ ਲਾ ਲਾ ਲਓ ਗਾਂ ਇੱਕ ਨਾ ਹੀ। ਡਾਕਟਰ ਸਾਹਿਬ, ਜਿਹੜਾ ਕੰਮ ਇੱਥੇ ਠੁੱਡ ਵਾਗ ਹੀ ਨਹੀਂ ਹੋਇਆ, ਤੁਸੀਂ ਇਦਾਂ ਕਰਨ ਦੀ ਸੋਚ ਰਹੇ ਹੋ? ਲਓ ਜੀ, ਆਲਮੋਸਟ ਸਾਡੇ ਸਾਰੀਆਂ ਸ਼ਕਰਕੰਦੀਆਂ ਜਿਹੜੀਆਂ ਨੇ, ਜਿਹਨੂੰ ਕਹਿੰਦੇ ਨੇ ਅੰਗਰੇਜ਼ ਲੋਕ ਸਵੀਟ ਪੋਟੈਟੋ, ਅਤੇ ਨਾਲੇ ਦੂਜਾ ਬੰਦਾ ਹੈ ਸਮਾਰਟ ਬੋਏ। ਮੈਂ ਕਿਹਾ ਸ਼ਕਰਕੰਦੀ ਖਾਈਏ, ਕਹਿੰਦਾ ਉਹ ਸਵੀਟ ਪੋਟੈਟੋ ਭੁੰਨੇ ਆ। ਇਹ ਆ ਕੇ ਬਹੁਤ ਖੁਸ਼ ਹੋਇਆ, ਭੁੱਜ ਗਏ ਨੇ, ਅਸੀਂ ਸਾਈਡ 'ਤੇ ਰੱਖੇ ਨੇ। ਅਤੇ ਆਹ ਕੌਲੀ ਜਿਹੜੀ ਖਾਲੀ ਹੋ ਗਈ ਹੈ, ਸਾਬੀ ਦੀ ਹੈ, ਤੁਹਾਨੂੰ ਸਾਬੀ ਦਿਖਾ ਨਹੀਂ ਸਕਦੇ ਆਪਾਂ ਕਿਉਂਕਿ ਉਹ ਸੈਂਸਰ ਹੈ ਚੈਨਲ 'ਤੇ, ਬਟ ਸਾਬੀ ਸਵਾਦ ਹੀ ਗਏ? ਬਹੁਤ ਸਵਾਦ ਜੀ, ਬਹੁਤ ਸਵਾਦ ਜੀ। ਠੀਕ ਹੈ, ਖਾਈਏ ਵੀ ਆਪਾਂ ਵੀ? ਚਲੋ ਬਈ, ਕਰੀਏ ਟਰਾਈ ਆਪਾਂ। ਓਕੇ ਜੀ, ਮੈਂ ਖਾ ਕੇ ਦੱਸਦਾ ਤੁਹਾਨੂੰ। ਯਾਰ ਮੈਂ ਨਾ ਸ਼ਕਰਕੰਦੀ ਛਿਲ ਕੇ ਦਿਖਾਉਣਾ, ਮੇਰਾ ਵੀਡੀਓ ਤੂੰ ਬਣਾ, ਮੇਰੇ ਦੋਨੋਂ ਹੱਥਾਂ ਛਿਲ ਰਿਹਾ ਨਾ, ਮੈਂ ਵੀਡੀਓ ਨਹੀਂ ਬਣ ਪਾ ਰਹੀ। ਕਮਾ, ਪਤਾ ਨਹੀਂ ਕੀ ਚੱਕਰ ਮੈਂ ਦੂਜੇ ਪਾਸੇ ਨਹੀਂ ਯਾਰ। ਇਹਦਾ ਇਹ ਤਾਂ ਵਜਨ ਵੀ ਘਟਾਉਂਦਾ ਵਾ। ਇਹ ਤਾਂ ਜੀ, ਹਾਂ ਇਹਦਾ ਲੈ, ਚਾਗੋ ਲੈ ਦੋ। ਓਹੋ ਹੋ, ਹਾਂ ਬਾਦ ਸਮਾਰਟ ਬੋਏ ਕੀ ਰਿਵਿਊ ਆ? ਬਹੁਤ ਟੇਸਟੀ ਬਈ, ਬਹੁਤ ਮਜ਼ਾ ਆਇਆ, ਬਹੁਤ ਮਜ਼ਾ। ਮੈਂ ਸਭ ਤੋਂ ਮੈਂ ਆਉਂਦਾ, ਜਿਹੜਾ ਸਮੋਕੀ ਫਲੇਵਰ ਆ ਰਿਹਾ ਨਾ, ਕੀ ਬਾਤ, ਐਕਸਪਲੇਨ ਨਹੀਂ ਕਰ ਸਕਦਾ ਮੈਂ, ਕਮਾਲ, ਬਹੁਤ ਮਜ਼ਾ। ਇੱਕ ਮਿੰਟ ਤੂੰ ਹਟ ਲੈ ਦਿਓ। ਹਾਂ, ਜਿੱਦਾਂ ਜਿੱਦਾਂ ਹੀ ਬੰਦੇ ਆ ਰਹੇ ਆ ਨਾ, ਉਹਨਾਂ ਨੂੰ ਨਾਲੋ ਨਾਲ ਅਸੀਂ ਗਰਮ ਗਰਮ ਕੱਢ ਕੇ ਖਵਾ ਰਹੇ ਹਾਂ। ਆਹ ਬੰਦਾ ਹੁਣੇ ਆਇਆ, ਲਓ ਜੀ, ਅਤੇ ਆਹ ਦੇਖੀ ਬਾਈ ਕਿੱਥੇ ਆ, ਲਓ ਜੀ, ਇਹ ਆਪਾਂ ਕੱਢੀ ਹੈ, ਇਹ ਹੈਗੀ ਹੈ, ਲਓ ਸਰ, ਧਿਆਨ ਨਾਲ ਫੜਿਓ, ਗਰਮ ਗਰਮ ਆ, ਫੜੀ ਫੜੀ ਫੜੀ, ਧਿਆਨ ਨਾਲ ਫੜੀ, ਧਿਆਨ ਨਾ, ਇੱਦਾਂ ਹੀ ਆ ਜੀ ਜ਼ਿੰਦਗੀ 'ਚ, ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਖੁਸ਼ੀ ਹੈ, ਨਹੀਂ ਤਾਂ ਖਪੀ ਜਾਓ, ਕੁਛ ਵੀ ਕੀ ਹੈ, ਹੱਸਦੇ ਰਹੋ। ਅੱਗਿਓਂ ਦੇਖੂ ਤਾਂ ਕੋਈ ਵੀ ਕਹੇਗਾ ਮੋਟਰਸਾਈਕਲ ਹੈ, ਪਰ ਇਹ ਮੋਟਰਸਾਈਕਲ ਨਹੀਂ ਹੈ ਜੀ, ਇਹ ਤਾਂ ਹੈ ਤੁਰਦਾ ਫਿਰਦਾ ਫਰੂਟ ਦੀ ਦੁਕਾਨ। ਕੀ ਬਾਤ ਹੈ ਜੀ, ਭਾਈ ਬਹੁਤ ਮਿੱਠਾ ਬੀਜ ਜੀ, ਪੱਕੀ ਗੱਲ, ਕੀ ਰੇਟ ਹੈ ਇਹਦਾ? ਪਾ ਦੇ ਫਿਰ, ਅੱਖਾਂ ਮੀਟ ਕੇ ਨਾ ਪਾਇਓ, ਪਰ ਤੇ ਵਧੀਆ ਜੇ ਪਾਇਓ, ਹੈ ਬੇਰ ਬੇਰ, ਹਲੋ ਪੱਕੇ ਪੱਕੇ ਪਾ, ਹਾਂ ਪੱਕੇ ਪੱਕੇ ਪਾ, ਅਮਰੂਦ, ਅਮਰੂਦ ਯਾਰ ਹੈਗੇ ਆ, ਪਾ ਤੇ ਬੇਰ ਮੇਰੇ, ਲਿਆਓ ਸਾਹਿਬ ਜੀ, ਨਹੀਂ ਸੱਚ ਪਹਿਲੇ ਪੈਸੇ ਵੀ ਤਾਂ ਦੇਣੇ ਹੁੰਦੇ ਕਿ ਨਹੀਂ, ਕਿੰਨੇ 50 ਹੋ ਗਏ ਮੇਰੇ, ਇੱਕ ਹੱਥ ਨਾਲ ਕੈਮਰਾ ਕਰਨਾ ਹੋਵੇ ਨਾ ਜੀਲੇ, ਪੈਸੇ ਦੇਣੇ ਔਖੇ ਹੋ ਜਾਂਦੇ ਆ। ਆ ਲਓ ਜੀ, ਡਨ, ਇਹ ਨੇ ਬੇਰ, ਇਹ ਨੇ 40 ਰੁਪਏ ਕਿਲੋ, ਆ ਜਾਓ ਖਾ ਲਓ, ਮਤਲਬ ਕਹਿ ਹੀ ਸਕਦਾ, ਵੀਡੀਓ 'ਚ ਖਵਾ ਥੋੜ੍ਹੀ ਸਕਦਾ, ਉਹ ਜਿੱਦਾਂ ਕਹਿੰਦੇ ਨਹੀਂ ਹੁੰਦੇ, ਹੈ ਆਪਣਾ ਦਿਲ ਤੋਂ ਆਵਾਰਾ, ਹੇ ਟੋਪੀ, ਤੁਹਾਨੂੰ ਪੁੱਛਣਾ ਕਿਹੋ ਜਿਹੀ ਲੱਗ ਰਹੀ ਹੈ ਮੇਰੇ, ਜੇ ਵਧੀਆ ਲੱਗ ਰਹੀ ਹੈ ਫਿਰ ਅਸੀਂ ਰੱਖ ਲੈਣੀ ਹੈ, ਜੇ ਨਹੀਂ ਚੰਗੀ ਲੱਗ ਰਹੀ ਤਾਂ ਕੋਈ ਗੱਲ ਨਹੀਂ, ਇਹ ਮੇਰੀ ਹੈ ਵੀ ਨਹੀਂ, ਇਹ ਹੈਗੀ ਹੈ ਸਮਾਰਟ ਬੋਏ ਦੀ, ਉਹ ਆਉਂਦਿਆਂ ਪਿੱਛੇ ਆਪਾਂ ਉਹਨੂੰ ਵਾਪਸ ਕਰ ਦੇਣੀ ਹੈ। ਸੋ ਕੁੱਲ ਮਿਲਾ ਕੇ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜੋ ਚੀਜ਼ ਜ਼ਿੰਦਗੀ ਪਸੰਦ ਆਵੇ ਨਾ ਉਹ ਰੱਖ ਲਓ, ਰੱਖ ਲਓ, ਹੈਂ ਪੈਸੇ ਦੇ ਦਿਓ, ਪੈਸੇ ਦੇ ਦਿਓ, ਕਿਉਂ ਪੈਸੇ ਦੇ ਦਿਓ ਵੀ, ਨਹੀਂ ਆਪਾਂ ਇੱਧੇ ਰੱਖ, ਚੰਗਾ ਫਿਰ।